ਰਾਜ ਸਾਡੀ ਗਲਤ ਹੈ ਤੇ ਫਿਰ ਤੇ ਅਸੀਂ ਉਸ ਗੱਲ ਲਈ ਮਾਫੀ ਵੀ ਮੰਗਾਂਗੇ। ਪਰ ਜੇ ਜਿਹੜੀ ਆਵਾਜ਼ ਹੈ, ਜਿਹੜੀ ਇਹ ਸੰਘਰਸ਼ ਹੈ, ਇਹ ਸੱਚ ਹੈ ਤੇ ਫਿਰ ਅਸੀਂ ਚਾਹਾਂਗੇ ਵੀ ਤੁਸੀਂ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਗੱਲ ਤੇ ਪਹਿਰੇਦਾਰੇ ਦਈਏ ਕਿ ਅਸੀਂ ਜਦੋਂ ਵੀ ਕਿਸੇ ਵੀ ਸੂਬੇ ਤੋਂ, ਕਿਸੇ ਵੀ ਸ਼ਹਿਰ ਤੋਂ ਜਦੋਂ ਵੀ ਦਰਬਾਰ ਸਾਹਿਬ ਆਉਣ ਲਈ ਜਾਂ ਅੰਮ੍ਰਿਤਸਰ ਆਉਣ ਲਈ ਜਦੋਂ ਅਸੀਂ ਆਪਣੇ ਘਰੋਂ ਨਿਕਲਦੇ ਹਾਂ ਜਾਂ ਵਿਚਾਰ ਲੈਂਦੇ ਹਾਂ ਤੇ ਅੰਦਰੋਂ ਇੱਕ ਆਸਥਾ ਜਾਗਦੀ ਹੈ ਕਿ ਅਸੀਂ ਇੱਕ ਗੁਰੂ ਘਰ ਜਾਣਾ ਤੇ ਅੱਜ ਜਦੋਂ ਅਸੀਂ ਉਹ ਗੁਰੂ ਘਰ ਦੇ ਕੋਲ ਨਜ਼ਦੀਕ ਪਹੁੰਚ ਗਏ ਤੇ ਉੱਥੇ ਜਿਹੜੇ ਨਚਾਰ ਜ਼ਰੂਰ ਇਹ ਸਾਡੀ ਪੰਜਾਬੀ ਦਾ ਵਿਰਸਾ ਹੈ ਪਰ ਇਹ ਵਿਰਸਾ ਹੋਰ ਪੰਜਾਬ ਦੇ ਵਿੱਚ, ਹੋਰ ਸ਼ਹਿਰਾਂ ਦੇ ਵਿੱਚ ਇਹ ਜ਼ਰੂਰ ਦਰਸਾਇਆ ਜਾਏ। ਜਿੱਥੇ ਅਸੀਂ ਆਏ ਹਾਂ, ਜਿੱਥੇ ਅਸੀਂ ਰੂਹਾਨੀਅਤ ਦੇ ਘਰ ਆਏ ਹਾਂ, ਜਿੱਥੇ ਅਸੀਂ ਉਸ ਪਰਮਾਤਮਾ ਦੇ ਅੱਗੇ ਨਮਸਤਕ ਹੋਣ ਆਏ ਹਾਂ, ਉੱਥੇ ਇਹਨਾਂ ਨਚਾਰਾਂ ਨੂੰ ਅਸੀਂ ਪਹਿਲਾਂ ਦੇਖੀਏ ਤੇ ਫਿਰ ਅਸੀਂ ਗੁਰੂ ਘਰ ਜਾ ਕੇ ਨਮਸਤਕ ਹੋਈਏ। ਇਹ ਸਾਡੀ ਆਸਥਾ ਦੇ ਨਾਲ ਖਿਲਵਾੜ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿਉਂਕਿ ਇੱਥੋਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਇਸ ਜਥੇਦਾਰ ਅਕਾਲ ਤਖ਼ਤ ਨੂੰ, ਇਸ ਸ਼੍ਰੋਮਣੀ ਕਮੇਟੀ ਨੂੰ, ਇਸ ਸਰਕਾਰ ਨੂੰ, ਇਸ DC ਨੂੰ, ਇਸ CP ਨੂੰ, ਸਾਰਿਆਂ ਨੂੰ ਮੈਮੋਰੈਂਡਮ ਦੇ ਕੇ ਥੱਕ ਕੇ ਕਿ ਵੀ ਸਾਡੀ ਜਿਹੜੀ ਮੰਗ ਹੈ ਇਹਨੂੰ ਵਿਚਾਰ ਲਓ, ਇਹਨੂੰ ਵਿਚਾਰੋਗੇ ਤੇ ਇਹਦੇ ਵਿੱਚੋਂ ਆਪਣੇ ਆਪ ਹੀ ਇਹਦਾ ਜਿਹੜਾ ਹੱਲ ਨਿਕਲ ਆਏਗਾ। ਕਿਉਂਕਿ ਜਿਹੜੀ ਮੰਗ ਜਦੋਂ ਜਾਇਜ਼ ਹੋਏ ਉਹ ਜਦੋਂ ਵੀ ਪਰੇ 'ਚ ਬੈਠ ਕੇ ਜਦੋਂ ਗੱਲ ਕੀਤੀ ਜਾਏ ਤੇ ਉਸ ਜਾਇਜ਼ ਮੰਗ ਦੇ ਨਾਲ ਸਾਰਿਆਂ ਦੀ ਵਿਚਾਰਧਾਰਾ ਜੁੜ ਜਾਂਦੀ ਹੈ। ਸੋ ਜੇ ਉਹਨਾਂ ਨੇ ਨਹੀਂ ਸੁਣਿਆ ਜਾਂ ਨਹੀਂ ਕੀਤਾ ਤੇ ਆਖਿਰਕਾਰ ਜਦੋਂ ਇੱਕ ਬੰਦੇ ਦੀਆਂ ਆਸਥਾ ਨੂੰ ਜਦੋਂ ਕਿਸੇ ਨੇ ਛੇੜਿਆ ਜਾਏਗਾ ਤੇ ਫਿਰ ਉਹ ਆਪਣੇ ਘਰ ਨਹੀਂ ਬੈਠਾ ਰਹੇਗਾ ਜਾਂ ਉਹ ਚੁੱਪ ਕਰਕੇ ਇਸ ਗੱਲ ਦੇ ਵਿੱਚ ਮੂਕ ਦਰਸ਼ਨ ਬਣ ਕੇ ਉਹ ਫਿਰ ਉਹ ਦੇਖਦਾ ਰਹੇ, ਇਹ ਉਹਦੀ ਜ਼ਮੀਰ ਨਹੀਂ ਕਹਿੰਦੀ। ਜੇ ਅਸੀਂ ਗੁਰੂ ਘਰ ਆਏ ਹਾਂ ਤੇ ਜੇ ਅਸੀਂ ਗੁਰੂ ਘਰ ਨੂੰ ਨਮਸਤਕ ਹੋਣਾ ਤੇ ਫਿਰ ਸਾਡੀ ਜਿਹੜੀ ਆਸਥਾ ਹੈ ਅਸੀਂ ਉਸ ਆਸਥਾ ਦੇ ਨਾਲ ਜੁੜੇ ਹੋਏ ਹਾਂ, ਨਾ ਕਿ ਅਸੀਂ ਇਹਨਾਂ ਨਚਾਰਾਂ ਦੇ ਨਾਲ ਜੁੜੇ ਹਾਂ। ਸੋ ਜਿੱਦਾਂ ਇਹ ਜਥੇਬੰਦੀਆਂ ਨੇ, ਜਿੱਦਾਂ ਸਾਡੇ ਵੀਰ ਇੱਥੋਂ ਦੇ ਜਿੱਦਾਂ ਵੱਧ ਚੜ ਕੇ ਇਸ ਗੱਲ ਦੇ ਉੱਤੇ ਪਹਿਰੇ ਦੇ ਰਹੇ ਨੇ, ਅਸੀਂ ਆਪਣੇ ਵੱਲੋਂ ਆਪਣੇ ਸ਼ਹਿਰ ਜਲੰਧਰ ਦੇ ਵਿੱਚ ਵੀ ਇਸ ਗੱਲ ਦੀ ਪੂਰੀ ਮੁਹਿੰਮ ਬਣਾਈ ਹੈ। ਅਸੀਂ ਉੱਥੇ ਸਾਰੀਆਂ ਹੀ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ, ਉਹਨਾਂ ਸਾਰਿਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ, ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਲਿਆ ਕੇ ਬਕਾਇਦਾ ਉਸ ਮੁਤਾਲਕ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਉੱਥੋਂ ਦੇ ਹਾਕਮ ਜਿਹੜੇ ਕਿ CP ਨੂੰ ਅਸੀਂ ਇੱਥੋਂ ਦੇ CP ਲਈ ਇੱਕ ਆਪਣੇ ਵੱਲੋਂ ਇੱਕ ਮੰਗ ਪੱਤਰ ਬਣਾ ਕੇ ਉੱਥੇ ਦਿੱਤਾ। ਪਰ ਉਦੋਂ ਵੀ ਗੱਲ ਦਾ ਅਸਰ ਨਾ ਹੁੰਦਿਆਂ ਸਾਡੀ ਸਾਰੀ ਸੰਗਤ ਦੇ ਮਨ 'ਚ ਸੀ ਵੀ ਅਸੀਂ ਆਪ ਉੱਥੇ ਚੱਲੀਏ, ਅਸੀਂ ਜੋ ਇੱਥੇ ਵੀਰ ਇਸ ਸੰਘਰਸ਼ ਦੇ ਵਿੱਚ ਆਪਣੇ ਵੱਲੋਂ ਪਹਿਰੇਦਾਰੀ ਕਰ ਰਹੇ ਨੇ ਅਸੀਂ ਇਹਨਾਂ ਦੇ ਨਾਲ ਆ ਕੇ ਖੜੇ ਹੋਈਏ। ਕਿਉਂਕਿ ਹਰ ਇੱਕ ਸਿੱਖ ਦਾ ਜਾਂ ਹਰ ਇੱਕ ਉਸ ਪ੍ਰਾਣੀ ਦਾ ਜਿਹੜਾ ਦਰਬਾਰ ਸਾਹਿਬ ਨੂੰ ਆਸਥਾ ਦੇ ਰੂਪ ਵਿੱਚ ਨਮਸਤਕ ਹੋਣ ਆਵੇ ਉਹਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਇਸ ਮੁਹਿੰਮ ਦੇ ਵਿੱਚ ਆਪ ਸਾਡੇ ਨਾਲ ਸ਼ਾਮਲ ਹੋਵੇ। ਤੇ ਆਪਾਂ ਦੇਖੋ ਹਰ ਇੱਕ ਗੱਲ ਨੂੰ ਜਿੰਨਾ ਚਿਰ ਤੱਕਰ ਚੰਗੇ ਵਧੀਆ ਢੰਗ ਦੇ ਨਾਲ ਨਹੀਂ ਰੱਖਿਆ ਜਾਂਦਾ ਉਹਨਾਂ ਚਿਰ ਤੱਕਰ ਉਸ ਗੱਲ ਦੇ ਉੱਤੇ ਕਦੀ ਬੋਰ ਨਹੀਂ ਪੈਂਦਾ। ਜੇ ਅੱਜ ਇਸ ਗੱਲ ਨੂੰ ਆਪਾਂ ਰੱਖਿਆ, ਇਸ ਗੱਲ ਦੇ ਉੱਤੇ ਪਹਿਰੇਦਾਰੀ ਦਿੱਤੀ ਹੈ ਤੇ ਵਾਹਿਗੁਰੂ ਪਰਮਾਤਮਾ ਬਖਸ਼ਿਸ਼ ਕਰਨ। ਇਸ ਗੱਲ ਦੇ ਉੱਤੇ ਵੀ ਅਸੀਂ ਆਪਣੇ ਵੱਲੋਂ ਜੋ ਸੰਘਰਸ਼ ਵਿੜਿਆ ਉਹਦੇ 'ਚ ਜਿੱਤ ਪ੍ਰਾਪਤ ਹੋਏਗੀ ਔਰ ਜਿੰਨੀ ਆਉਣ ਵਾਲੀ ਅੱਗੋਂ ਜਿਹੜੀ ਸੰਗਤ ਹੈ ਜਿਹੜੀ ਇਸ ਰੂਹਾਨੀਅਤ ਦੇ ਘਰ ਦੇ ਵਿੱਚ ਆਸਥਾ ਲੈ ਕੇ ਆਏਗੀ ਉਹ ਇਹਨਾਂ ਬੁੱਤਾਂ ਤੋਂ ਜ਼ਰੂਰ ਛੁਟਕਾਰਾ ਪਾਏਗੀ। ਇਹਨਾਂ ਕਹਿੰਦਾ ਹੋਇਆ ਫਤਿਹ ਬੁਲਾਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਦੇਖੋ ਜੀ ਸਿੱਖ ਸ਼ਹੀਦਾਂ ਦੇ ਤੇ ਬੁੱਤ ਲਗਾਓ ਸ਼ਹੀਦਾਂ ਦੇ ਸਿੱਖ ਕੌਮ ਦੇ ਸ਼ਹੀਦਾਂ ਦੇ ਬੁੱਤ ਲਗਾਓ ਤੇ ਇੱਕ ਮਨੇ ਲਿਖਿਆ ਹੈ ਗਿਰਦਾਰ ਸਿੰਘ ਰਿਹਾ ਕਰੋ ਨਚਾਰਾਂ ਦੇ ਬੁੱਤ ਹਟਾਓ ਸਿੱਖ ਤਾਲ ਮੇਲ ਕਮੇਟੀ ਜਲੰਧਰ ਜਿਹੜੇ ਇੱਥੇ ਸਾਰੀ ਸੰਗਤ ਪਹੁੰਚੀ ਹੈ ਸਾਰਿਆਂ ਨੂੰ ਜੀ ਆਇਆ ਜੀ ਆਇਆ ਜੇ ਵੀ ਤੁਸੀਂ ਆਪ ਕਰਿਆ ਕਰਨਾ ਨਿਕਲ ਤੋਂ ਨਾ ਆਈਏ ਇਹ ਜੰਦ ਕਹੀ ਨੀ ਆਪਾਂ ਦੋਵੇਂ ਇਕੱਠੇ ਆਏ ਦੋਵੇਂ ਇਕੱਠੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਰਾਜ ਕਰੇਗਾ ਰਾਜ ਕਰੇਗਾ ਪੰਥ ਕੀ ਪੰਥ ਕੀ ਦੇਖਤੇ ਦੇਖਤੇ ਪੰਥ ਕੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਨਾ ਬੋਲੋ ਹਰਪ੍ਰੀਤ ਸਿੰਘ ਨੀਟੂ ਹਰਪ੍ਰੀਤ ਸਿੰਘ ਨੀਟੂ ਹਰਪਾਲ ਸਿੰਘ ਚੱਡਾ ਹਰਪਾਲ ਸਿੰਘ ਚੱਡਾ ਤਜਿੰਦਰ ਸਿੰਘ ਪਰਦੇਸੀ ਸਿੱਖ ਤਾਲਮੇਲ ਕਮੇਟੀ ਜਲੰਧਰ ਤੋਂ ਸਾਰੇ ਨਾਂ ਬੋਲ ਦਿਓ ਤਜਿੰਦਰ ਸਿੰਘ ਸਟਾਰਟ ਤੋਂ ਨਾਂ ਬੋਲ ਦਿਓ ਪ੍ਰਧਾਨ ਸਾਹਿਬ ਹਰਪਾਲ ਸਿੰਘ ਚੱਡਾ ਪ੍ਰਧਾਨ ਸਾਹਿਬ ਅਤੇ ਹਰਪ੍ਰੀਤ ਸਿੰਘ ਨੀਟੂ ਮੈਂ ਸਰਦਾਸ ਕਮਲਜੀਤ ਸਿੰਘ ਸਿੱਖ ਤਾਲਮੇਲ ਕਮੇਟੀ ਜਲੰਧਰ ਤੋਂ ਸਾਰੇ ਆਪਾਂ ਸਿੰਘ ਇੱਥੇ ਆਪ ਜੀ ਦੇ ਸਰਪੰਚ ਹੇਠ ਸੰਗਤ ਨਾਲ ਜਲੰਧਰ ਤੋਂ ਚਾਲੇ ਪਾਉਂਦੇ ਹੋਏ ਇੱਥੇ ਜਿਹੜੇ ਨਚਾਰਾਂ ਦੇ ਬੁੱਤ ਸਾਡੇ ਦਰਬਾਰ ਸਾਹਿਬ ਵਿਖੇ ਲਗਾਏ ਗਏ ਹਨ ਉਹਨਾਂ ਦੀ ਰਾਖੀ ਕਰਨ ਵਾਸਤੇ ਅਸੀਂ ਸਰਪੰਚ ਸੰਗਤ ਨਾਲ ਜਲੰਧਰ ਤੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਹਾਂ ਸਿੱਖ ਤਾਲਮੇਲ ਕਮੇਟੀ ਦੇ ਸਾਰੇ ਸਹਿਯੋਗੀ ਮੈਂਬਰ ਇੱਥੇ ਪਹੁੰਚ ਕੇ ਸਾਰਿਆਂ ਦੇ ਨਾਲ ਸਹਿਮਤੀ ਦੇ ਨਾਲ ਨਚਾਰਾਂ ਦੇ ਬੁੱਤ ਹਟਾਉਣ ਵਾਸਤੇ
ਵਾਸਤੇ ਜੋ ਸਰਕਾਰ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ, ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਅਸੀਂ ਵਾਹਿਗੁਰੂ ਦਾ ਨਾਮ ਦਾ ਜਾਪ ਕਰਦੇ ਹੋਏ ਜਲੰਧਰ ਤੋਂ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਈਆਂ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਸਾਰੇ ਜਿੰਨੇ ਵੀ ਝੂਠੇ ਪਰਚੇ ਸਾਡੇ ਸਿੰਘਾਂ 'ਤੇ ਪਾਏ ਗਏ ਨੇ ਉਹ ਰੱਦ ਕੀਤੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਸਿੰਘ ਮੋਦੇ ਝਬਾਲ ਬੱਚੀ ਵਾਹ ਇਹ ਝਬਾਲ ਲੋ ਝਬਾਲ ਤਰਲੋਚਨ ਸਿੰਘ ਤਰਲੋਚਨ ਸਿੰਘ ਸੋਹਲ ਭਾਈ ਕੁਲਦੀਪ ਸਿੰਘ ਮੋਦੇ ਹਰਜਿੰਦਰ ਸਿੰਘ ਵਿੱਕੀ ਖਾਲਸਾ ਜਲੰਧਰ ਤੋਂ ਸਿੱਖ ਤਾਲਮੇਲ ਕੀ ਕਹੋਗੇ ਸਿੰਘ ਜੀ ਤੁਸੀਂ ਅੱਜ ਦੇ ਇਸ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਸ਼ਰਮ ਆ ਰਹੀ ਹੈ ਗੱਲ ਕਰਦੇ ਹੋਏ, ਸਾਡੇ ਗੁਰੂਆਂ ਦੀ ਧਰਤੀ, ਸਾਡੇ ਗੁਰੂਆਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੇ ਜੋ ਨਚਾਰਾਂ ਦੇ ਬੁੱਤ ਲਗਾਏ ਗਏ ਨੇ ਜੀ, ਇਹ ਬੜੀ ਸੱਚੀ ਸਮਝੀ ਸਾਜਿਸ਼ ਹੈ ਜੀ, ਜੋ ਕਿ ਸਾਡੀ ਸਿੱਖ ਕੌਮ ਹੈ, ਇੱਕ ਜੁਝਾਰੂਆਂ ਦੀ ਕੌਮ ਜੀ, ਸਾਡੀ ਸਿੱਖ ਕੌਮ ਜੁਝਾਰੂਆਂ ਦੀ ਕੌਮ, ਵਿਲੱਖਣ ਕੌਮ, ਅਤੇ ਜੋ ਸਾਨੂੰ ਇਹ ਨਚਾਰ ਸ਼ਾਮਲ ਕਰਕੇ, ਨੱਚਣ ਟੱਪਣ ਵਾਲੇ ਸ਼ਾਮਲ ਕਰਕੇ ਜੀ, ਸਾਨੂੰ ਇਹ ਕੋਝੀ ਸਾਜਿਸ਼ ਦੇ ਪ੍ਰਤੀ ਇਹ ਸਾਨੂੰ ਇਹ ਸ਼ੋਅ ਕਰਨਾ ਚਾਹੁੰਦੇ ਨੇ ਵੀ ਇਹ ਜਿਹੜੇ ਪੱਗਾਂ ਵਾਲੇ ਨੇ ਇਹ ਕੋਈ ਜੁਝਾਰੂ ਕੌਮ ਨਹੀਂ, ਇਹ ਨੱਚਣ ਟੱਪਣ ਵਾਲੇ ਨੇ ਜੀ। ਮੈਂ ਦੱਸਾਂ, 10 ਦਿਨ ਪਹਿਲਾਂ ਵਿਦੇਸ਼ਾਂ 'ਚੋਂ ਆਇਆ, ਉੱਥੇ ਮੈਨੂੰ ਕੁਝ ਲੋਕ ਮਿਲੇ ਜਿਹੜੇ ਕਹਿੰਦੇ ਖਾਲਸਾ ਜੀ ਪੱਗ ਵਾਲੇ ਬੰਦੇ ਨੂੰ ਦੇਖ ਕੇ ਬਾਹਰਲੇ ਲੋਕ ਇੱਦਾਂ ਕਰਦੇ ਨੇ ਬੱਲੇ ਬੱਲੇ ਉਂਗਲਾਂ ਕਰਕੇ ਜੀ, ਅਤੇ ਉਹ ਸੋਚਦੇ ਨੇ ਵੀ ਇਹ ਨੱਚਣ ਟੱਪਣ ਵਾਲੇ ਬੰਦੇ ਹੀ ਨੇ ਸਾਰੇ ਜੀ, ਉਹਨਾਂ ਨੂੰ ਸਾਡੇ ਬਾਰੇ ਦੱਸਿਆ ਨਹੀਂ ਜਾ ਰਿਹਾ ਜੀ। ਇਹ ਜਿਹੜੀ ਸੋਚੀ ਸਮਝੀ ਸਾਜਿਸ਼ ਹੈ ਬੁੱਤਾਂ ਵਾਲੀ, ਇਹ ਸਾਨੂੰ ਸ਼ਰਮ ਵਾਲੀ ਗੱਲ ਹੈ। ਸਾਡੇ ਘਰ ਦੇ ਵਿੱਚ ਵੜ ਕੇ ਬੁੱਤ ਲਗਾਏ ਗਏ ਨੇ, ਅਤੇ ਇਹ ਹਟਾਏ ਜਾਣੇ ਚਾਹੀਦੇ ਨੇ। ਜੋ ਸਿੰਘਾਂ ਨੂੰ ਝੂਠੇ ਪਰਚੇ ਕਰਕੇ ਸਿੰਘ ਬੰਦੀ ਬਣਾਏ, ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ, ਤਾਂ ਕਿ ਸਾਡੀ ਸਿੱਖ ਕੌਮ, ਸਾਡੇ ਜੋ ਆਉਣ ਵਾਲੀ ਪੀੜ੍ਹੀ ਹੈ, ਜੋ ਸਾਡੇ ਗੁਰ ਇਤਿਹਾਸ ਤੋਂ ਜਾਣੂ ਹੋ ਸਕੇ, ਇਹ ਨਚਾਰਾਂ ਤੋਂ, ਇਹ ਨੱਚਣ ਵਾਲਿਆਂ ਤੋਂ ਰਹਿਤ ਹੋ ਕੇ ਅਸੀਂ ਬਾਣੀ ਦੇ ਧਾਰਨੀ ਹੋ ਸਕੀਏ।